नमस्कार, आप देख रहे हैं हरियाणा न्यूज एक्सप्रेस और मैं हूं आपके साथ छवि। आइए रुक करते हैं इस वक्त की बड़ी खबर की ओर। मुख्यमंत्री भगवंत मान के दिशा निर्देशों पर समाज विरोधी तत्वों के विरुद्ध चलाई जा रही मुहिम के अंतर्गत एक और सफलता दर्ज करते हुए पंजाब पुलिस ने 3 दोषियों को गिरफ्तार करके खरड़ के एक नौजवान जिसको हनी ट्रैप करके अपहरण कर लिया गया था के मामले को केवल 48 घंटों से भी कम समय में सुलझा लिया गया है। एक प्रेस वार्ता के दौरान जानकारी देते हुए DIG AGTF कम रोपड़ रेंज गुरप्रीत सिंह भुल्लर ने बताया कि पुलिस टीमों ने चंडीगढ़ यूनिवर्सिटी घड़ुआ में BA के विद्यार्थी जिसकी पहचान हितेश भूमला के तौर पर हुई है को सुरक्षित बचा लिया है। उक्त विद्यार्थी को खरड़ के रंजीत नगर में किराए के मकान में बेहोशी की हालत में रख दिया गया था। अपहरणकर्ताओं की तरफ से लड़के के माता पिता से 50 लाख रुपए फिरौती की मांग की जा रही थी। गिरफ्तार किए गए व्यक्तियों की पहचान 25 वर्षीय अजय कादियान निवासी गांव जट्ठल पानीपत हरियाणा, 22 वर्षीय अजय निवासी गांव आबूद सिरसा हरियाणा और राखी निवासी गांव बरोली सोनीपत हरियाणा के तौर पर हुई है। पुलिस ने दोषियों के पास से एक होंडा सिटी कार, 5 मोबाइल फोन और एक 32 बोर के पिस्तौल समेत 9 कारतूस भी बरामद किए हैं। मोहाली से हमारे संवाददाता अमित पंडित की रिपोर्ट। SSP ਸਾਹਿਬ ਮੋਹਾਲੀ ਮਿਸਟਰ ਵਿਵੇਕਸ਼ੀਲ ਸੋਨੀ ਤੇ ਉਹਨਾਂ ਦੀ ਟੀਮ ਦੇ ਵਿੱਚ ਮਿਸਟਰ ਨਵਰੀਤ ਵਿਰਕ, SP ਅਮਨ ਤੇ DSP ਸੁਖਨਾਸ, ਗੁਰਸ਼ੇਤ, ਰੁਪਿੰਦਰ, ਇੰਸਪੈਕਟਰ CIA ਸ਼ਿਵ, ਇਹ ਸਾਰਿਆਂ ਦੀ ਤੇ ਡੇਰਾ ਬਸੀ ਦੀ ਸਾਰੇ DSP ਸਾਹਿਬ ਤੇ ਉਹਨਾਂ ਦੀ ਟੀਮ SHOs ਦੀ, ਇਹ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਕਿ ਬੜਾ ਸੈਂਸੇਸ਼ਨਲ ਕ੍ਰਾਈਮ ਬੜੇ ਅੱਛੇ ਤਰੀਕੇ ਨਾਲ ਸੋਲਵ ਕੀਤਾ ਗਿਆ। ਡਿਟੇਲ ਜਿਹੜੀਆਂ ਇਸ ਤਰ੍ਹਾਂ ਹੈ ਕਿ ਹਿਤੇਸ਼ ਨਾਮ ਦਾ ਇਹ ਸਟੂਡੈਂਟ ਹੈ ਜਿਹਦੀ ਉਮਰ ਤਕਰੀਬਨ 20 ਸਾਲ ਦੀ ਹੈ। ਚੰਡੀਗੜ੍ਹ ਗਰੁੱਪ ਆਫ ਕਾਲਜਸ ਘੁੰਮਾਂ ਦੇ ਵਿੱਚ BE ਦਾ ਸਟੂਡੈਂਟ ਹੈ। ਉਹਦੇ 'ਚ ਕੀ ਹੋਇਆ ਕਿ ਉਹਨੂੰ ਅਚਾਨਕ ਉਹਦੇ ਪੇਰੈਂਟਸ ਨੂੰ ਪਤਾ ਲੱਗਿਆ ਅਤੇ ਰੈਨਸਮ ਕਾਲ ਆਈ ਕਿ ਉਹ ਬੱਚਾ ਜਿਹੜੇ ਕਿਡਨੈਪਰਸ ਨੇ ਕ੍ਰਿਮੀਨਲਸ ਨੇ ਉਹਨਾਂ ਦੀ ਕਸਟਡੀ 'ਚ ਹੈ ਔਰ ਬੜਾ ਹੈਫਟੀ ਅਮਾਊਂਟ ਉਹਨਾਂ ਨੇ ਸ਼ੁਰੂ ਕੀਤਾ ਅਤੇ ਪੇਰੈਂਟਸ ਨੈਚੁਰਲੀ ਅੰਡਰ ਪ੍ਰੈਸ਼ਰ ਆ ਗਏ। ਜਦੋਂ ਪੁਲਿਸ ਨੂੰ ਰਿਪੋਰਟ ਹੋਇਆ 17 ਤਰੀਕ ਨੂੰ ਇਹਦੇ 'ਚ FIR ਦਰਜ ਕੀਤੀ ਗਈ ਔਰ ਉਹਦੇ 'ਚ ਜਦੋਂ ਇਹ ਕਾਲਸ ਰੈਨਸਮ ਦੀਆਂ ਚੱਲ ਰਹੀਆਂ ਸੀਗੀਆਂ ਉਹਦੇ ਡਿਫਰੈਂਟ ਪੁਲਿਸ ਟੀਮਸ ਬਣਾਈਆਂ ਗਈਆਂ ਅੰਡਰ ਡਿਫਰੈਂਟ ਆਫਿਸਰਸ, ਕਿਉਂਕਿ ਬਹੁਤ ਵੱਡਾ ਸਟ੍ਰੈਚ ਹੋ ਗਿਆ ਸੀਗਾ ਐਜ਼ ਪਰ ਜਿਹੜੀਆਂ ਰੈਨਸਮ ਕਾਲਸ ਦੇ ਵਿੱਚ ਕਿ ਕੁਛ ਉੱਤਰਾਂਚਲ ਦਾ ਲੀਡ ਆ ਰਹੀ ਸੀ, ਕੁਛ UP ਦੀ ਆ ਰਹੀ ਸੀ, ਹਰਿਆਣਾ ਦੀ ਆ ਰਹੀ ਸੀ। ਸੋ ਡਿਫਰੈਂਟ ਡਿਫਰੈਂਟ ਟੀਮਸ ਨੂੰ ਔਰ ਮੈਂ ਵੀ ਐਪਰੀਸ਼ੀਏਟ ਕਰਦਾ ਕਿ 2 ਰਾਤਾਂ ਸਾਰੇ ਆਫਿਸਰਸ ਇੰਕਲੂਡਿੰਗ SSP ਸਾਹਿਬ ਅਸੀਂ ਵੀ ਸਾਰੇ ਇਸ ਓਪਰੇਸ਼ਨ ਕਰਕੇ ਮੇਰੇ ਖਿਆਲ ਕਿਸੇ ਨੇ ਵੀ ਕੋਈ ਰੈਸਟ ਨਹੀਂ ਕੀਤੀ ਐਂਡ ਉਸੇ ਦਾ ਨਤੀਜਾ ਕਿ ਆਪਾਂ ਇੱਥੇ ਆਏ ਹਾਂ ਇਹ ਪ੍ਰੈਸ ਨਾਲ ਸ਼ੇਅਰ ਕਰ ਰਹੇ ਹਾਂ ਅੱਛੀ ਨਿਊਜ਼। ਔਰ ਬੈਸਟ ਗੱਲ ਇਹ ਹੈ ਕਿ ਜਦੋਂ ਕਿਡਨੈਪਿੰਗ ਫੋਰ ਰੈਨਸਮ ਹੁੰਦੀ ਹੈ ਉਹਦੇ 'ਚ ਮੇਨ ਗੱਲ ਹੁੰਦੀ ਹੈ ਕਿ ਵਿਕਟਿਮ ਸਾਨੂੰ ਸਹੀ ਸਲਾਮਤ ਮਿਲ ਜੇ, ਬਾਕੀ ਚੀਜ਼ਾਂ ਤੋਂ ਬਾਅਦ ਫੜੀਆਂ ਵੀ ਜਾ ਸਕਦੀਆਂ ਕ੍ਰਿਮੀਨਲਸ। ਉਹਦੇ 'ਚ ਬੜਾ ਅੱਛਾ ਓਪਰੇਸ਼ਨ ਹੋ ਕੇ ਬੜਾ ਕਲੀਨ ਓਪਰੇਸ਼ਨ ਹੋਇਆ ਔਰ ਸਕਸੈਸਫੁਲ ਹੋਇਆ। ਇਹਦੇ ਸਾਨੂੰ ਹਰਿਆਣਾ ਪੁਲਿਸ, ਸਪੈਸ਼ਲੀ ਕੁਰੂਕਸ਼ੇਤਰ ਡਿਸਟ੍ਰਿਕਟ ਔਰ ਉੱਤਰਾਂਚਲ ਪੁਲਿਸ, UP ਪੁਲਿਸ ਸਭ ਨੇ ਬਹੁਤ ਜ਼ਿਆਦਾ ਕੋਆਪਰੇਟ ਕੀਤਾ ਲੋਕਲ ਲੈਵਲ 'ਤੇ ਜਿੱਥੇ ਜਿੱਥੇ ਅਸਿਸਟੈਂਸ ਦੀ ਲੋੜ ਸੀ ਦਿੱਤੀ ਗਈ। ਔਰ ਉਸ ਤੋਂ ਇਲਾਵਾ ਜਿਹੜੀ ਮੇਨ ਗੱਲ ਇਹ ਹੈ ਕਿ ਇਹ ਜਿਹੜਾ ਮੇਨ ਅਕਿਊਜ਼ ਫੜਿਆ ਗਿਆ ਜਿਹਦਾ ਨਾਂ ਹੈ ਅਜੇ ਕਾਦੀਆਨ, ਉਹ ਤੁਹਾਨੂੰ ਪ੍ਰੈਸ ਦੇ ਵਿੱਚ ਆ ਜਾਏਗਾ ਨੋਟ 'ਚ। ਅਜੇ ਕਾਦੀਆਨ ਨੇ ਸਾਰੀ ਪਲੈਨਿੰਗ ਕੀਤੀ, ਆਪਣਾ ਇੱਕ ਹੋਰ ਦੋਸਤ ਹੈ ਉਹਦਾ ਵੀ ਅਜੇ ਉਹ ਸਰਸੇ ਦਾ ਹੈਗਾ ਅਤੇ ਇੱਕ ਲੜਕੀ ਹੈ ਰਾਖੀ, ਇਹਨਾਂ ਸਭ ਨੇ ਪਲੈਨ ਮਿਲ ਕੇ ਕੀਤਾ। ਸੋਸ਼ਲ हमारे फेसबुक पेज को लाइक, फॉलो और शेयर करें, साथ ही यूट्यूब चैनल को लाइक करें, सब्सक्राइब करें और ताज़ा खबरों के लिए बेल आइकॉन को दबाना न भूलें।